ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਹੈਗਾ ਜੀ ਦਿਨ ਸ਼ੁੱਕਰਵਾਰ, ਅਤੇ ਅੱਜ ਹੈਗੀ ਜੀ 1 ਮਾਰਚ। ਮਾਰਚ ਦਾ ਮਹੀਨਾ ਚੜ ਗਿਆ ਅਤੇ ਮਾਰਚ ਦੇ ਮਹੀਨੇ ਦਾ ਜੀ 1 ਤਰੀਕ ਦਾ ਬਲੌਗ ਹੈ। ਅਤੇ ਅੱਜ ਮੌਸਮ ਨਾ ਬਹੁਤ ਜ਼ਿਆਦਾ ਬੱਦਲ ਬੁੱਦਲ ਹੋਇਆ ਪਿਆ, ਥੋੜ੍ਹਾ ਬਹੁਤਾ ਮੀਂਹ ਵੀ ਪਿਆ ਸਵੇਰੇ ਸਵੇਰੇ, ਛੁੱਟੇ ਛੁੱਟੇ ਜਿਹੇ ਪਏ ਨੇ, ਖੁੱਲ੍ਹ ਕੇ ਨਹੀਂ ਪਿਆ ਹੈਗਾ ਮੀਂਹ, ਮਤਲਬ ਹਵਾ ਹੁਵਾ ਹਨੇਰੀ ਵਾਲਾ ਹੀ ਕੰਮ ਹੋ ਰਿਹਾ ਅੱਜ। ਅਤੇ ਕਦੀ ਧੁੱਪ ਚੜ੍ਹਦੀ ਵੀ ਹੈ, ਬੱਦਲ ਹੀ ਹੈ, ਰਾਤ ਨੂੰ ਫਿਰ ਕਾਫੀ ਮੀਂਹ ਵਗੈਰਾ ਵਿੱਚ, ਦੁਪਹਿਰੇ ਵੀ ਥੋੜ੍ਹਾ ਬਹੁਤਾ ਪਿਆ ਸੀ, ਕਦੀ ਸ਼ਾਮ ਨੂੰ ਪਿਆ ਸੀ। ਅਤੇ ਮੈਂ ਕਿਹਾ ਚਲੋ ਅੱਜ ਨਾ ਆਪਾਂ ਕੜੀ ਬਣਾ ਲੈਂਦੇ ਹਾਂ, ਮੌਸਮ ਵੀ ਥੋੜ੍ਹਾ ਫਿਰ ਦੁਬਾਰਾ ਤੋਂ ਠੰਡਾ ਜਿਹਾ ਹੋ ਰਿਹਾ, ਅਤੇ ਲੱਗਦੀ ਤਾਂ ਵੀ ਗਰਮੀ ਹੋਈ ਪਈ ਹੈ ਮੌਸਮ ਠੰਡਾ ਜਿਹਾ ਹੋਣ ਤੋਂ ਬਾਅਦ ਵੀ। ਅਤੇ ਆ ਨਾ ਮੈਂ 10 ਰੁਪਏ ਦਾ ਦਹੀਂ ਮੰਗਵਾਇਆ ਸੀ, ਥੋੜ੍ਹਾ ਜਿਹਾ ਘਰ ਪਿਆ ਸੀਗਾ, ਅਤੇ ਇਹਨੂੰ ਨਾ ਮੈਂ ਪਰਾਤ ਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਫੈਂਟਦੀ ਪਈ। ਪਰਾਤ ਦੇ ਵਿੱਚ ਨਾ ਮੈਂ ਬੇਸਣ ਛਾਨਿਆ ਸੀ, ਫਿਰ ਮੈਂ ਕਿਹਾ ਚਲੋ ਮੈਂ ਇਹਦੇ ਵਿੱਚ ਹੀ ਪਾ ਕੇ ਨਾ ਦਹੀਂ ਵਗੈਰਾ ਅਤੇ ਬੇਸਣ ਵਗੈਰਾ ਲੂਣ ਮਿਰਚ ਪਾ ਕੇ ਨਾ ਚੰਗੀ ਤਰ੍ਹਾਂ ਹੱਥਾਂ ਨਾਲ ਫੈਂਟ ਲੈਂਦੀ ਹਾਂ, ਅਤੇ ਦਹੀਂ ਜਿਹੜਾ ਕਈ ਵਾਰੀ ਮੋਟਾ ਮੋਟਾ ਰਹਿ ਜਾਂਦਾ ਨਾ ਉਹ ਚੰਗੀ ਤਰ੍ਹਾਂ ਫਿਰ ਮੈਂ ਕਿਹਾ ਮੈਸ਼ ਹੋ ਜੂਗਾ, ਵਿੱਚ ਮਿਕਸ ਹੋ ਜੂਗਾ ਮਤਲਬ। ਅਤੇ ਇੱਧਰ ਜੀ ਆਪਾਂ ਪਿਆਜ਼, ਥੋੜ੍ਹੇ ਜਿਹੇ ਪਿਆਜ਼ ਅਤੇ ਹਰੀ ਮਿਰਚ ਨਾ ਮੈਂ ਕੜੀ ਦੇ ਘੋਲ ਦੇ ਵਿੱਚ ਹੀ ਇੱਦਾਂ ਵਿੱਚ ਹੀ ਪਾ ਦਿੱਤੇ ਹੈ, ਥੋੜ੍ਹਾ ਜਿਹਾ ਅਦਰਕ ਪਾਤਾ ਕੱਦੂਕਸ ਕਰਕੇ, ਇਹਨੂੰ ਹੁਣ ਮੈਂ ਡੋਂਗੇ 'ਚ ਕੱਢ ਲੈਂਦੀ ਹਾਂ। ਅਤੇ ਹੁਣ ਆਪਣਾ ਬੈਟਰ ਬਿਲਕੁਲ ਤਿਆਰ ਹੈ ਦਹੀਂ ਅਤੇ ਬੇਸਣ ਦਾ, ਵਿੱਚ ਮੈਂ ਥੋੜ੍ਹੇ ਜਿਹੇ ਆਲੂ ਪਾ ਤੇ, ਥੋੜ੍ਹੇ ਜਿਹੇ ਪਿਆਜ਼ ਪਾ ਤੇ, ਅੱਜ ਕੁਛ ਅਲੱਗ ਜਿਹੇ ਤਰੀਕੇ ਨਾਲ ਬਣਾਵਾਂਗੀ ਮੈਂ। ਅਤੇ ਆਹ ਹੈਗਾ ਜੀ ਪਕੌੜਿਆਂ ਵਾਸਤੇ ਬੇਸਣ, ਇਹਨੂੰ ਵੀ ਮੈਂ ਕਿਹਾ ਮੈਂ ਇੱਕ ਵਾਰੀ ਪਰਾਤ ਦੇ ਵਿੱਚ ਪਾ ਕੇ ਨਾ ਲੂਣ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਂਦੀ ਹਾਂ, ਜਿਹੜਾ ਵੀ ਆਪਾਂ ਮਸਾਲੇ ਵਗੈਰਾ ਪਾਉਣੇ ਆ। ਅਤੇ ਇੱਧਰ ਜੀ ਪਹਿਲਾਂ ਮੈਂ ਹੁਣ ਕਿਚਨ ਦੀ ਸਾਰੀ ਸਫਾਈ ਕੀਤੀ ਹੈ, ਪਹਿਲਾਂ ਕਿਚਨ ਦੇ ਵਿੱਚ ਕਾਫੀ ਜ਼ਿਆਦਾ ਖਲਾਰਾ ਸੀ, ਭਾਂਡੇ ਭੁੰਡੇ ਸੀ ਸਾਰੇ, ਮਾਂਝ ਕੇ ਕਿਚਨ ਨੂੰ ਸਾਫ਼ ਕੀਤਾ। ਅਤੇ ਇੱਧਰ ਪਕੌੜਿਆਂ ਦੇ ਵਿੱਚ ਮੈਂ ਆਲੂ, ਪਿਆਜ਼, ਅਦਰਕ, ਹਰੀ ਮਿਰਚ ਮੋਟਾ ਮੋਟਾ ਪੀਸ ਕੇ ਪਾ ਲਿਆ, ਅਤੇ ਲੂਣ ਮਿਰਚ ਪਾ ਤੇ ਆ, ਥੋੜ੍ਹਾ ਜਿਹਾ ਸੁੱਕਾ ਧਨੀਆ ਪਾ ਤਾ ਮੋਟਾ ਮੋਟਾ ਕੁੱਟ ਕੇ, ਅਤੇ ਅਜਵਾਇਣ ਪਾ ਤੀ ਹੈ, ਇਹਨੂੰ ਵੀ ਮੈਂ ਚੰਗੀ ਤਰ੍ਹਾਂ ਨਾ ਇਹਦੇ 'ਚ ਪਰਾਤ ਦੇ ਵਿੱਚ ਹੀ ਮਿਕਸ ਕਰ ਲਵਾਂਗੀ। ਅਤੇ ਲਓ ਜੀ ਹੁਣ ਮੈਂ ਪਕੌੜੇ ਤਲਨੇ ਸ਼ੁਰੂ ਕਰ ਦਿੱਤੇ ਨੇ, ਤੇਲ ਆਪਣਾ ਚੰਗਾ ਗਰਮ ਹੋਇਆ ਪਿਆ ਸੀਗਾ, ਅਤੇ ਲਓ ਜੀ ਹੁਣ ਆਪਾਂ ਕੜੀ ਪੱਤੇ ਵੀ ਤੋੜ ਦਿੱਤੇ ਨੇ ਨਾਲ ਦੇ ਗੁਆਂਢੀਆਂ ਕੋਲੋਂ। ਅਤੇ ਇੱਧਰ ਜੀ ਮੈਂ ਅੱਧਾ ਤੇਲ ਮੈਂ ਕੱਢ ਲਿਆ ਕੋਲੀ ਦੇ ਵਿੱਚ, ਅਤੇ ਬਾਕੀ ਥੋੜ੍ਹੇ ਜਿਹੇ ਤੇਲ ਦੇ ਵਿੱਚ ਆਪਾਂ ਜੀ ਜੀਰਾ ਪਾ ਤਾ ਸੀਗਾ, ਲਸਣ ਪਾ ਤਾ, ਅਤੇ ਹੁਣ ਕੜੀ ਪੱਤਾ ਪਾ ਦਾਂਗੇ ਆਪਾਂ। ਅਤੇ ਹੁਣ ਆਪਾਂ ਜੀ ਬਾਕੀ ਦੇ ਸਾਰੇ ਮਸਾਲੇ ਜਿਹੜੇ ਹੈਗੇ ਨੇ, ਆਲੂ, ਪਿਆਜ਼ ਵਗੈਰਾ, ਅਦਰਕ ਉਦਰਕ, ਉਹ ਵੀ ਆਪਾਂ ਪਾ ਦਾਂਗੇ ਨਾਲ ਹੀ। ਬਾਕੀ ਪਿਆਜ਼ ਮੈਂ ਉਹਦੇ ਵਿੱਚ ਘੋਲ ਦੇ ਵਿੱਚ ਵੀ ਪਾਏ ਹੋਏ ਨੇ, ਅਤੇ ਇਸ ਕਰਕੇ ਹੁਣ ਮੈਂ ਥੋੜ੍ਹੇ ਪਾ ਰਹੀ ਹਾਂ। ਅੱਜ ਮੈਂ ਕੁਛ ਅਲੱਗ ਜਿਹੇ ਫਲੇਵਰ ਦੀ ਬਣਾਈ ਹੈ ਕੜੀ, ਥੋੜ੍ਹਾ ਜਿਹਾ ਜੀ ਨਾ ਮੇਰੇ ਕੋਲ ਮਾੜਾ ਕੁ ਮੁੱਠੀ ਕੁ ਲਾ ਲਓ ਬਾਜਰੇ ਦਾ ਆਟਾ ਪਿਆ ਸੀ, ਮੈਂ ਨਾ ਉਹ ਵੀ ਵਿੱਚ ਹੀ ਛਾਣ ਕੇ ਪਾ ਦਿੱਤਾ, ਉਹਦੇ ਨਾਲ ਕੜੀ ਕਾਫੀ ਜ਼ਿਆਦਾ ਟੇਸਟੀ ਬਣ ਗਈ ਸੀਗੀ। ਮੈਂ ਕਈਆਂ ਨੂੰ ਦੇਖਿਆ ਸੀ ਵੀਡੀਓ ਦੇ ਵਿੱਚ ਬਾਜਰੇ ਦੀ ਕੜੀ ਬਣਾਉਂਦੇ ਆ, ਅਤੇ ਮੈਂ ਕਿਹਾ ਚਲੋ ਮੇਰੇ ਕੋਲ ਪਿਆ ਹੀ ਹੈ, ਨਾ ਤਾਂ ਇਹਦੀ ਕੁਛ ਕਿਸੇ ਪਾਸੇ ਇਹਦਾ ਯੂਜ਼ ਹੋ ਰਿਹਾ, ਅਤੇ ਚਲੋ ਫਿਰ ਮੈਂ ਕਿਹਾ ਮੇਰੇ ਵਿੱਚ ਹੀ ਬੇਸਣ ਦੇ ਵਿੱਚ ਹੀ ਪਾ ਰਹਿੰਦੀ ਹਾਂ, ਅਤੇ ਕੜੀ ਬਹੁਤ ਜ਼ਿਆਦਾ ਟੇਸਟੀ ਬਣ ਗਈ ਸੀਗੀ। ਲਓ ਜੀ ਹੁਣ ਆਪਾਂ ਸਾਰਾ ਕੜੀ ਦਾ ਘੋਲ ਜਿਹੜਾ ਸੀ ਨਾ ਉਹ ਕੜਾਹੀ 'ਚ ਪਾ ਤਾ, ਅਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ, ਕਾਫੀ ਜ਼ਿਆਦਾ ਗਾੜੀ ਹੈ ਕੜੀ ਹਲੇ,
ਅਤੇ ਇੱਧਰ ਜੀ ਹੁਣ ਆਪਾਂ ਪਕੌੜੇ ਜਿਹੜੇ ਗਰਮਾ ਗਰਮ ਬਣਾਏ ਸੀਗੇ ਅਤੇ ਕੁਛ ਆਪਾਂ ਰੱਖ ਦਿੱਤਾ ਕੜੀ ਵਾਸਤੇ, ਅਤੇ ਇੱਧਰ ਕੌਫੀ ਵੀ ਬਣ ਗਈ ਹੈ ਅਤੇ ਆਪਾਂ ਥੋੜ੍ਹੇ ਜਿਹੇ ਪਕੌੜੇ ਹੁਣ ਕੌਫੀ ਦੇ ਨਾਲ ਨਾ ਖਾਵਾਂਗੇ। ਹਾਂ ਦੇਖੋ ਜੀ ਮੌਸਮ ਇੱਦਾਂ ਹੀ ਬੱਦਲ ਬੁੱਦਲ ਜਿਹੇ ਹੋਏ ਪਏ, ਕਦੀ ਹਵਾ ਚੱਲਦੀ ਹੈ ਕਦੀ ਕਣੀਆਂ ਜੀ ਪੈਣ ਲੱਗ ਜਾਂਦੀਆਂ ਨੇ। ਲਓ ਜੀ ਕੜੀ ਦੇ ਵਿੱਚ ਨਾ ਮੈਂ ਪਾਣੀ ਵੀ ਪਾ ਦਿੱਤਾ ਸੀਗਾ ਅਤੇ ਤਾਂ ਵੀ ਕਾਫੀ ਗਾੜੀ ਲੱਗਦੀ ਪਈ ਆ ਹਲੇ ਕੜੀ, ਅਤੇ ਹੁਣ ਕੜਾਈ ਦੇ ਵਿੱਚ ਜਗ੍ਹਾ ਵੀ ਹੈ ਨਹੀਂ ਕਿ ਪਾਣੀ ਪਾਉਣ ਦੀ, ਅਤੇ ਮੈਂ ਕਿਹਾ ਚਲੋ ਘੱਟ ਸਿੱਕ 'ਤੇ ਨਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਉਬਾਲੇ ਦਵਾ ਲੈਂਦੇ ਹਾਂ, ਫਿਰ ਲੋੜ ਹੋਊਗੀ ਤਾਂ ਪਾਣੀ ਪਾ ਲਾਂਗੇ ਜਦੋਂ ਥੋੜ੍ਹੀ ਜਿਹੀ ਘੱਟ ਜੂਗੀ ਨਾ। ਅਤੇ ਇੱਧਰ ਜੀ ਮੈਂ ਚੌਲ ਭਿਉਂ ਕੇ ਰੱਖੇ ਸੀ, ਨਾਲ ਹੀ ਚੌਲ ਵੀ ਧਰ ਦਿੱਤੇ ਨੇ ਪਤੀਲੇ ਦੇ ਵਿੱਚ। ਚੌਲਾਂ ਦੇ ਵਿੱਚ ਵੀ ਮੈਂ ਥੋੜ੍ਹੇ ਜਿਹੇ ਪਿਆਜ਼ ਪਾਤੇ ਆ, ਜੀਰਾ ਪਾਤਾ, ਲੂਣ ਪਾਤਾ ਅਤੇ ਥੋੜ੍ਹਾ ਜਿਹਾ ਤੇਲ ਪਾ ਦਿੱਤਾ ਜੀ। ਲਓ ਜੀ ਇੱਧਰ ਕੜੀ ਆਪਣੀ ਪੱਕ ਚੁੱਕੀ ਹੈ ਚੰਗੀ ਤਰ੍ਹਾਂ, ਹਲੇ ਹੈਗੀ ਗਾੜੀ ਹੈ ਜੀ, ਪਕੌੜੇ ਪਾਉਣ ਤੋਂ ਬਾਅਦ ਹੋਰ ਜ਼ਿਆਦਾ ਗਾੜੀ ਹੋ ਜੂਗੀ, ਬਾਕੀ ਫਿਰ ਦੇਖ ਲਾਂਗੇ ਜਦੋਂ ਆਪਾਂ ਰੋਟੀ ਖਾਵਾਂਗੇ ਨਾ ਥੋੜ੍ਹਾ ਬਹੁਤਾ ਗਰਮ ਪਾਣੀ ਪਾ ਦਾਂਗੇ। ਅਤੇ ਹੁਣ ਆਪਾਂ ਜੀ ਇਹਦੇ ਵਿੱਚ ਪਾ ਦਾਂਗੇ ਪਕੌੜੇ, ਅਤੇ ਉੱਧਰ ਆਪਣੇ ਚੌਲ ਵੀ ਬਣ ਗਏ ਨੇ ਅਤੇ ਫੁਲਕੇ ਵੀ ਮੈਂ ਬਣਾ ਕੇ ਰੱਖ ਲਏ ਨੇ। ਫੁਲਕੇ ਬਸ ਇੱਕ ਦੋ ਹੀ ਖਾਵਾਂਗੇ, ਬਾਕੀ ਤਾਂ ਕੜੀ ਨਾਲ ਚੌਲ ਹੀ ਫਿਰ ਵਧੀਆ ਲੱਗਦੇ ਆ। ਅਤੇ ਇੱਧਰ ਜੀ ਚੌਲਾਂ ਵਾਲਾ ਗੈਸ ਵੀ ਮੈਂ ਬੰਦ ਕਰਤਾ ਹੈ ਅਤੇ ਚੌਲਾਂ ਨੂੰ ਢੱਕ ਕੇ ਰੱਖ ਦਿੰਦੀ ਹਾਂ। ਬਸ 10-15 ਮਿੰਟ ਤੱਕ ਖਾਵਾਂਗੇ ਰੋਟੀ, ਹਲੇ ਅਸੀਂ ਥੋੜ੍ਹੀ ਦੇਰ ਰੁਕ ਕੇ 10-15 ਮਿੰਟ। ਅਤੇ ਆਹ ਹੈਗਾ ਜੀ ਕੋਠੇ ਦਾ ਵਿਊ, ਕੋਠੇ 'ਤੇ ਮੈਂ ਕਿਹਾ ਥੋੜ੍ਹਾ ਜਿਹਾ ਮਾਹੌਲ ਦੇਖਦੇ ਹਾਂ। ਚਲੋ ਜੀ ਹੁਣ ਆਪਾਂ ਆ ਗਏ ਹਾਂ ਨੀਚੇ, ਅਤੇ ਹੁਣ ਆਪਾਂ ਕੜੀ ਦੇ ਵਿੱਚ ਪਾ ਦਿੱਤਾ ਜੀ ਹਰਾ ਧਨੀਆ, ਨਾਲੇ ਥੋੜ੍ਹੀ ਗਰਮ ਕਰ ਲਈ, ਕੜੀ ਕਾਫੀ ਜ਼ਿਆਦਾ ਗਾੜੀ ਹੈ ਅਤੇ ਪਰ ਹੁਣ ਮੈਂ ਪਾਣੀ ਨਹੀਂ ਪਾਇਆ ਹੈਗਾ ਕਿਉਂਕਿ ਕੜਾਈ ਦੇ ਵਿੱਚ ਜਗ੍ਹਾ ਹੈ ਨਹੀਂ ਕਿ ਪਾਣੀ ਪਾਉਣ ਦੀ, ਅਤੇ ਮੈਂ ਕਿਹਾ ਚਲੋ ਇੱਦਾਂ ਹੀ ਖਾ ਲੈਂਦੇ ਹਾਂ ਹੁਣ। ਅਤੇ ਬਣੀ ਬਹੁਤ ਜ਼ਿਆਦਾ ਟੇਸਟੀ ਸੀਗੀ ਕੜੀ। ਆ ਜੀ ਸੁੱਕੇ ਆਲੂ ਬਣੇ ਸੀ ਜੀਰੇ ਵਾਲੇ, ਅਤੇ ਯੁਵਰਾਜ ਕਹਿੰਦਾ ਮੈਂ ਉਹਦੇ ਨਾਲ ਫੁਲਕਾ ਖਾਵਾਂਗਾ ਆਲੂ ਨਾਲ। ਅਤੇ ਆ ਜੀ ਮੇਰੀ ਪਲੇਟ ਲੱਗ ਗਈ ਹੈ ਕੜੀ ਚੌਲ ਦੀ, ਅਤੇ ਨਾਲ ਮੈਂ ਸਿੰਪਲ ਬਸ ਪਿਆਜ਼ ਲਿੱਤੇ ਹੈ ਸਲਾਦ ਦੇ ਵਿੱਚ, ਹੋਰ ਕੋਈ ਮੂਲੀ ਵਗੈਰਾ ਕੁਛ ਨਹੀਂ ਲਿੱਤੀ। ਅਤੇ ਚਲੋ ਜੀ ਹੁਣ ਆਪਾਂ ਗਰਮਾ ਗਰਮ ਕੜੀ ਚੌਲ ਖਾਂਦੇ ਹਾਂ, ਅਤੇ ਤੁਸੀਂ ਵੀ ਆ ਕੇ ਖਾ ਲਓ ਜੀ ਗਰਮਾ ਗਰਮ ਕੜੀ ਚੌਲ, ਬਹੁਤ ਜ਼ਿਆਦਾ ਟੇਸਟੀ ਬਣੀ ਸੀ ਕੜੀ। ਆਹ ਦੇਖੋ ਜੀ ਬੱਦਲ ਕਾਲੇ ਕਾਲੇ ਹੋਏ ਪਏ ਹੈ, ਇੱਕ ਸਾਈਡ ਥੋੜ੍ਹਾ ਥੋੜ੍ਹਾ ਧੁੱਪ ਜੀ ਚੜ੍ਹਨ ਨੂੰ ਕਰਦੀ ਪਈ, ਦੂਜੀ ਸਾਈਡ ਕਾਫੀ ਕਾਲੇ ਕਾਲੇ ਹੋਏ ਪਏ ਆ ਬੱਦਲ। ਇਹ ਹੈਗਾ 3 ਕੁ ਵਜੇ ਦਾ ਟਾਈਮ ਹੋਣਾ, 3:30 ਵਜੇ ਦਾ।
ਅਤੇ ਰੋਟੀ ਰੋਟੀ ਖਾ ਕੇ ਮੈਂ ਕਿਹਾ ਨਾਲੇ ਥੋੜ੍ਹੀ ਜਿਹੀ ਸੈਰ ਕਰ ਲਾਂਗੀ। ਹੁਣ ਜੀ ਹੈਗਾ ਰਾਤ ਦਾ ਟਾਈਮ ਅਤੇ ਅੱਜ ਮੰਡੀ ਲੱਗੀ ਸੀ ਸ਼ੁੱਕਰਵਾਰ ਦੀ, ਅਤੇ ਮੰਡੀਓਂ ਮੈਂ ਸਬਜ਼ੀਆਂ ਲੈ ਕੇ ਆਈ ਸੀ ਅਤੇ ਫਲੀਆਂ ਨਾ ਮਟਰਾਂ ਵਾਂਗੂ ਲੱਗਦੀ ਪਈਆਂ ਸੀਗੀਆਂ, ਅਤੇ ਮੈਂ ਇਹਨਾਂ ਦਾ ਫਿਰ ਨਾ ਨਾਮ ਸਰਚ ਕਰਵਾਇਆ ਬੇਟੇ ਤੋਂ, ਅਤੇ ਫੋਨ ਦੇ ਵਿੱਚ ਨਾਂ ਆ ਰਿਹਾ ਸੀ ਇਹਨਾਂ ਦਾ ਬਰੋਡ ਬੀਨਸ, ਬਰੋਡ ਬੀਨਸ ਨਾਮ ਸੀਗਾ। ਅਤੇ ਹਰਾ ਛੋਲੀ ਆ ਜੀ ਆਪਾਂ ਪਹਿਲੀ ਵਾਰੀ ਲਿਆਂਦਾ ਸੀਜ਼ਨ ਦਾ, ਅਤੇ ਫਿਰ ਮੈਂ ਹੁਣੇ ਇਹਦੀ ਸਬਜ਼ੀ ਬਣਾ ਲਾਂਗੀ। ਅਤੇ ਇੱਧਰ ਜੀ ਦੇਖੋ ਮੈਂ ਸਬਜ਼ੀ ਦੀ ਤਿਆਰੀ ਕੀਤੀ ਹੈ, ਕੁੱਕਰ ਰੱਖ ਲਿਆ ਸੀ ਗੈਸ ਦੇ ਉੱਤੇ, ਮਸਾਲਾ ਸ਼ੁਕਰ ਹੈ ਮਸਾਲਾ ਪੀਸ ਚੁੱਕੀ ਸੀ ਮਿਕਸੀ ਦੇ ਵਿੱਚ, ਲਾਈਟ ਬੰਦ ਹੋ ਗਈ ਹੈ ਹੁਣ, ਮੋਮਬੱਤੀ ਜਗਾਈ ਹੋਈ ਹੈ ਇੱਥੇ। ਹੁਣ ਇਸ ਟਾਈਮ ਨਾ ਕਾਫੀ ਜ਼ਿਆਦਾ ਮੌਸਮ ਖਰਾਬ ਹੋਇਆ ਪਿਆ, ਬੱਦਲ ਬਹੁਤ ਜ਼ਿਆਦਾ ਗਰਜਦੇ ਪਏ ਨੇ, ਬਿਜਲੀ ਵਗੈਰਾ ਕੜਕਦੀ ਪਈ ਹੈ ਨਾਲ, ਅਤੇ ਮੀਂਹ ਵੀ ਪੈ ਰਿਹਾ। ਅਤੇ ਚਲੋ ਜੀ ਮੈਂ ਸਬਜ਼ੀ ਤਾਂ ਬਣਾ ਲਈ ਹੈ, ਲਾਈਟ ਆ ਗਈ ਸੀ ਫਿਰ 10 ਮਿੰਟਾਂ ਬਾਅਦ ਹੀ। ਅਤੇ ਹੁਣ ਜੀ ਆਪਾਂ ਸਬਜ਼ੀ ਨੂੰ ਖੋਲ੍ਹ ਕੇ ਚੈੱਕ ਕਰਦੇ ਹਾਂ, ਹਲੇ ਭਾਫ ਕੱਢੀ ਹੈ ਮੈਂ ਹੁਣੀ। ਅਤੇ ਸਬਜ਼ੀ ਤਾਂ ਦੇਖੋ ਜੀ ਵਧੀਆ ਲੱਗਦੀ ਪਈ ਹੈ, ਕਲਰ ਵੀ ਵਧੀਆ ਲੱਗ ਰਿਹਾ, ਅਤੇ ਦੇਖਣ ਨੂੰ ਲੱਗਦੀ ਤਾਂ ਪਈ ਹੈ ਵੀ ਬਣ ਚੁੱਕੀ ਹੈ। 3-4 ਸੀਟੀਆਂ ਲਵਾਈਆਂ ਸੀ ਇਹਨੂੰ ਮੈਂ, ਅਤੇ ਥੋੜ੍ਹੀ ਦੇਰ ਵਾਸਤੇ ਨਾ ਘੱਟ ਸੇਕਾ ਕਰਕੇ ਰੱਖ ਦਿੱਤੀ ਸੀਗੀ ਭਾਫ 'ਚ ਹੀ ਸਬਜ਼ੀ। ਅਤੇ ਸਬਜ਼ੀ ਵੀ ਕਾਫੀ ਜ਼ਿਆਦਾ ਟੇਸਟੀ ਬਣੀ ਸੀ, ਪਹਿਲੀ ਵਾਰੀ ਬਣਾਈ ਹੈ ਸੀਜ਼ਨ ਦੀ ਆਪਾਂ ਹਰੇ ਛੋਲੀਏ ਦੀ ਸਬਜ਼ੀ। ਅਤੇ ਚੌਲ ਆਪਣੇ ਕੋਲ ਨਾ ਦੁਪਹਿਰ ਦੇ ਪਏ ਹੋਏ ਸੀ, ਕੜੀ ਦੇ ਨਾਲ ਜਿਹੜੇ ਬਣਾਏ ਸੀ ਨਾ ਕਾਫੀ ਜ਼ਿਆਦਾ ਬਚ ਗਏ ਸੀਗੇ, ਅਤੇ ਮੈਂ ਕਿਹਾ ਚਲੋ ਇਹਦੇ ਨਾਲ ਨਾਲੇ ਚੌਲ ਖਾ ਲਾਂਗੇ, ਕੜੀ ਫਿਰ ਆਪਾਂ ਰੱਖ ਦਿੱਤੀ ਉਹ ਕੱਲ੍ਹ ਖਾ ਲਾਂਗੇ, ਕੜੀ ਦੁਪਹਿਰੇ ਖਾ ਚੁੱਕੇ ਸੀਗੇ। ਹੁਣ 2-2 ਟਾਈਮ ਬੇਟਾ ਨਹੀਂ ਖਾਂਦਾ ਹੈਗਾ ਨਾ ਫਿਰ ਬਾਰ ਬਾਰ, ਅਤੇ ਬੇਟੇ ਨੂੰ ਫਿਰ ਆਹ ਵਾਲੀ ਸਬਜ਼ੀ ਸਵਾਦ ਲੱਗੀ ਸੀ, ਸਾਨੂੰ ਸਾਰਿਆਂ ਨੂੰ ਸਵਾਦ ਲੱਗੀ ਸੀ ਬਹੁਤ ਜ਼ਿਆਦਾ। ਆਹ ਦੇਖੋ ਜੀ ਮੌਸਮ ਇਸ ਟਾਈਮ ਮੀਂਹ ਪਈ ਜਾ ਰਿਹਾ ਹਲਕਾ ਹਲਕਾ ਜਿਹਾ, ਕਦੀ ਤੇਜ਼ ਹੋ ਜਾਂਦਾ ਕਦੀ ਘੱਟ ਜਾਂਦਾ, ਕਦੀ ਬਿਜਲੀ ਖੜਕਣ ਲੱਗ ਜਾਂਦੀ ਹੈ। ਐਂ ਚਮਕਾਂ ਮਾਰਦੀ ਪਈ ਸੀ ਬਿਜਲੀ ਵਿੱਚ ਵਿੱਚ ਨਾ। ਲਓ ਜੀ ਹੁਣ ਸਬਜ਼ੀ ਆਪਾਂ ਇੱਕ ਕੋਲੀ ਦੇ ਵਿੱਚ ਕੱਢ ਲਈ ਹੈ, ਅਤੇ ਹੁਣ ਆਪਾਂ ਫੁਲਕੇ ਵੀ ਬਣਾ ਕੇ ਰੱਖ ਲਏ ਸੀਗੇ, ਹੁਣ ਆਪਾਂ ਨਾਲ ਦੀ ਨਾਲ ਸਾਰਿਆਂ ਨੂੰ ਨਾ ਪਾ ਕੇ ਦੇਵਾਂਗੇ ਰੋਟੀ। ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਸਬਜ਼ੀ। ਅਤੇ ਨਾਲ ਜੀ ਲਿੱਤਾ ਅੰਬ ਦਾ ਅਚਾਰ।